ਸਤਨਾਮ ਚ ਤਾਰ ਕੇ ਇੱਕ ਵਾਰੀ ਆਪਣਾ ਮੁੱਖ ਤੇ ਸਫਲ ਜਵਾਨ ਕਰ ਲੈ ਸਿਰ ਤੇ ਮੌਤ ਮੁਕਦਮਾ ਪੈਣ ਵਾਲਾ ਬਰੇ ਹੋਣ ਦਾ ਯਾਦ ਬਿਆਨ ਕਰ ਲੈ ਨਹੀਂ ਧਨ ਪਦਾਰਥਾਂ ਨਾਲ ਜਾਣਾ ਗਾਬਲਾ ਉੱਠ ਕੇ ਪੁੰਨ ਤੇ ਦਾਨ ਕਰ ਲੈ ਕਵੀ ਰਾਮ ਤੂੰ ਵੀ ਸੱਚੇ ਸੌਦਿਆਂ ਦੇ ਗੁਰੂ ਨਾਨਕ ਵਾਂਗ ਦੁਕਾਨ ਕਰ ਲੈ ਗੁਰੂ ਨਾਨਕ ਵਾਂਗ ਦੁਕਾਨ ਕਰ ਲੈ ਗੁਰਾਂ ਦੀ ਸੁੱਚੀ ਸਿੱਖੀ ਦੇ ਵਾਰਸੋ ਪਵਿੱਤਰ ਫਤਿਹ ਬੁਲਾਓ ਗੁਰੂ ਦਰਬਾਰ ਵਿੱਚ ਆਪਣੀ ਹਾਜ਼ਰੀ ਲਵਾਓ ਜਥੇ ਦੀ ਹਾਜ਼ਰੀ ਦਰ ਪ੍ਰਵਾਨ ਕਰੋ ਤੇ ਗੱਜ ਕੇ ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਰਾਤ ਦੇ ਦੀਵਾਨਾਂ ਵਿੱਚ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜੀਵਨ ਦੇ ਪ੍ਰਥਾਏ ਇਤਿਹਾਸ ਬੋਲਦਿਆਂ ਮੈਂ ਜ਼ਿਕਰ ਕੀਤਾ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਸਮੇਂ ਇਸ ਧਰਤੀ ਤੇ ਆਏ ਜਦੋਂ ਬਿਲਕੁਲ ਅੱਜ ਵਰਗੇ ਹਾਲਾਤ ਸਨ ਸਾਨੂੰ ਇੱਕ ਵਹਿਮ ਹੈ ਕਿ ਜਦੋਂ ਕੋਈ ਚੰਗੀ ਸ਼ਖਸੀਅਤ ਇਸ ਧਰਤੀ ਤੇ ਆਉਂਦੀ ਹੈ ਸ਼ਾਇਦ ਉਦੋਂ ਜ਼ਮਾਨਾ ਸਮਾਂ ਚੰਗਾ ਹੋਵੇਗਾ ਚੰਗੀ ਸ਼ਖਸੀਅਤ ਦਾ ਆਉਣਾ ਸ਼ਾਇਦ ਚੰਗੇ ਸਮੇਂ ਵਿੱਚ ਹੀ ਹੁੰਦਾ ਹੈ ਬਿਲਕੁਲ ਇਸ ਦੇ ਉਲਟ ਜਦੋਂ ਇਸ ਧਰਤੀ ਤੇ ਇੰਨਾ ਅਤਿਆਚਾਰ ਵੱਧ ਜਾਏ ਜਿਨ੍ਹਾਂ ਲੋਕਾਂ ਨੇ ਨਿਆਂ ਦੇਣਾ ਉਹ ਲੋਕ ਘੱਟ ਗਿਣਤੀ ਲੋਕਾਂ ਤੇ ਜ਼ੁਲਮ ਕਰਨ ਲੱਗ ਪੈਣ ਉਦੋਂ ਫਿਰ ਕੋਈ ਨਾ ਕੋਈ ਸ਼ਖਸੀਅਤ ਪਹੁੰਚਦੀ ਹੈ ਬਿਲਕੁਲ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮੇਂ ਵੀ ਅੱਜ ਵਰਗੇ ਹਾਲਾਤ ਸਨ ਤਾਂ ਹੀ ਉਹਨਾਂ ਨੂੰ ਕਹਿਣਾ ਪਿਆ ਰਾਜੇ ਸ਼ੀ ਮੁਕੱਦਮ ਕੁੱਤੇ ਰਾਜੇ ਇੰਨੇ ਭੁੱਖੇ ਬਘਿਆੜਾਂ ਵਰਗੇ ਹੋ ਗਏ ਸ਼ੀਆਂ ਵਰਗੇ ਹੋ ਗਏ ਉਹ ਜਨਤਾ ਦਾ ਸ਼ਿਕਾਰ ਖੇਡਣ ਲੱਗ ਪਏ ਮੁਕੱਦਮੇ ਸੁਣਨ ਵਾਲੇ ਨਿਆਂਕਾਰ ਲੋਕ ਇੰਨੇ ਲੋਭੀ ਕੁੱਤਿਆਂ ਵਰਗੇ ਲਾਲਚੀ ਹੋ ਗਏ ਕਿ ਉਹ ਪੈਸੇ ਲੈ ਕੇ ਨਿਆਂ ਦੇਣ ਲੱਗ ਪਏ ਜਦੋਂ ਇਹੋ ਜਿਹੇ ਹਾਲਾਤ ਹੋ ਜਾਣ ਜਿਹੜਾ ਲੋਕਤੰਤਰ ਦਾ ਥੰਮ ਹੈ ਲੋਕਤੰਤਰ ਇਹਨਾਂ ਚਾਰਾਂ ਤੰਮਾਂ ਤੇ ਖੜਦਾ ਹੈ ਕਾਰਜਕਾਰੀ ਸਮੇਂ ਦੀਆਂ ਸਰਕਾਰਾਂ ਜਿਹਨੂੰ ਲੋਕ ਚੁਣਿਆ ਕਰਦੇ ਹੈ ਦੂਸਰਾ ਥੰਮ ਨਿਆਂ ਪ੍ਰਣਾਲੀ ਮੀਡੀਆ ਇਹ ਸਾਰੇ ਥੰਮ ਅੱਜ ਇੰਡੀਆ ਦੇ ਵਿੱਚ ਕੰਮ ਨਹੀਂ ਕਰ ਰਹੇ ਜਿਸ ਮੀਡੀਏ ਨੇ ਹਰ ਉਸ ਦੁੱਖ ਤਕਲੀਫ ਨੂੰ ਵੇਖ ਕੇ ਦੱਸਣਾ ਹੁੰਦਾ ਅੱਜ ਉਹ ਪੈਸੇ ਦੇ ਨਾਲ ਇੱਕ ਪਾਸੜ ਗੱਲਾਂ ਸਮੇਂ ਦੀਆਂ ਸਰਕਾਰਾਂ ਦੇ ਵਿੱਚ ਬਣਾਉਣ ਦੇ ਵਿੱਚ ਹਿੱਸੇਦਾਰੀ ਇਹ ਚੱਲ ਰਹੀ ਹੈ ਜ਼ੁਲਮ ਸਾਹਮਣੇ ਹੋ ਰਿਹਾ ਹੋਵੇ ਕੈਮਰਾ ਦੂਸਰੇ ਪਾਸੇ ਚੱਲ ਰਿਹਾ ਹੁੰਦਾ ਹੈ ਖਾਸ ਕਰਕੇ ਮੀਡੀਏ ਵਾਲਿਆਂ ਦਾ ਪਰ ਗੁਰੂ ਪਿਆਰੀ ਸਾਧ ਸੰਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮੇਂ ਵੀ ਬਿਲਕੁਲ ਇਹੋ ਜਿਹੇ ਹਾਲਾਤ ਸਨ ਤਾਂ ਹੀ ਉਹਨਾਂ ਨੂੰ ਫੈਸਲਾ ਕਰਨਾ ਪਿਆ ਆਪਣੇ ਬੱਚੇ ਦੋਨੋਂ ਪੁੱਤਰ ਹੋ ਗਏ ਸਨ ਆਪਣੀ ਪਤਨੀ ਆਪਣੇ ਮਾਪਿਆਂ ਨੂੰ ਛੱਡ ਕੇ ਆਪਣੇ ਬਚਪਨ ਦੇ ਸਾਥੀ ਨੂੰ ਮਰਦਾਨੇ ਤੇ ਬਾਲੇ ਨੂੰ ਸੱਦਿਆ ਸੁਲਤਾਨਪੁਰ ਲੋਧੀ ਤੇ ਉੱਥੋਂ ਪ੍ਰੋਗਰਾਮ ਬਣਾਇਆ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮਰਦਾਨਿਆ ਲੋਕਾਂ ਨੂੰ ਨਿਆਂ ਨਹੀਂ ਮਿਲ ਰਿਹਾ ਲੋਕਾਂ ਨੂੰ ਸੁੱਖ ਨਹੀਂ ਮਿਲ ਰਿਹਾ ਲੋਕਾਂ ਨੂੰ ਲੁੱਟਿਆ ਜਾ ਰਿਹਾ ਲੋਕਾਂ ਨੂੰ ਕੁੱਟਿਆ ਜਾ ਰਿਹਾ ਹੈ ਲੋਕਾਂ ਦੇ ਕੋਲ ਜਾ ਕੇ ਸਮਝਾਉਣਾ ਪਵੇਗਾ ਤੁਹਾਨੂੰ ਲੁੱਟ ਕੌਣ ਰਿਹਾ ਤੇ ਕਿਵੇਂ ਲੁੱਟ ਰਿਹਾ ਤੇ ਕੁੱਟ ਕੌਣ ਰਿਹਾ ਤੁਹਾਡੇ ਨਾਲ ਵਿਤਕਰੇ ਕਿਉਂ ਕੀਤੇ ਜਾ ਰਹੇ ਹੈ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਦੋਂ ਬੜਾ ਲੰਮਾ ਪੈਂਡਾ ਪੈਦਲ ਤੈਅ ਕੀਤਾ ਜਦੋਂ ਆਵਾਜਾਈ ਦੇ ਸਾਧਨ ਨਹੀਂ ਸਨ
ਬੜੀਆਂ ਖਤਰਨਾਕ ਥਾਵਾਂ ਤੇ ਉਹ ਗਏ। ਦੂਸਰੇ ਧਰਮ ਦੇ ਉਹਨਾਂ ਸਥਾਨਾਂ ਤੇ ਜਾ ਕੇ ਮਨੁੱਖਤਾ ਨੂੰ ਜਿੱਥੇ ਵਹਿਮਾਂ ਭਰਮਾਂ ਵਿੱਚ ਪਾਇਆ ਜਾ ਰਿਹਾ ਸੀ, ਬੜੀ ਦਲੀਲ ਦੇ ਨਾਲ ਪਾਤਸ਼ਾਹ ਨੇ ਸਮਝਾਇਆ, ਡੂੰਘੀਆਂ ਖੱਡਾਂ ਚ, ਉੱਚੀਆਂ ਪਹਾੜਾਂ ਤੇ, ਖਤਰਨਾਕ ਰਸਤਿਆਂ ਵਿੱਚ ਦੀ। ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਪ੍ਰੋਗਰਾਮ ਬਣਾ ਕੇ ਹਰ ਰੈਬਰ ਨੇ, ਕਈ ਲੋਕਾਂ ਨੂੰ ਇਹ ਸੁਭਾਅ ਹੁੰਦਾ ਹੈ ਹਰ ਗੱਲ ਤੇ ਕਿੰਤੂ ਕਰਨਾ, ਸਾਹਮਣੇ ਦਿਸਦੀ ਗੱਲ ਦਾ ਯਕੀਨ ਕਰਨਾ, ਪਰ ਗੁਰੂ ਪਿਆਰੀ ਸਾਧ ਸੰਗਤ ਸਾਹਮਣੇ ਦਿਸਦੀ ਗੱਲ ਦਾ ਤਾਂ ਹਰੇਕ ਹੀ ਯਕੀਨ ਕਰ ਲੈਂਦਾ। ਗੁਰੂ ਪਿਆਰੀ ਸਾਧ ਸੰਗਤ ਧਰਮ ਦੇ ਵਿੱਚ ਕੁਝ ਇਹੋ ਜਿਹੀਆਂ ਗੱਲਾਂ ਰੂਹਾਨੀਅਤ ਨਾਲ ਸੰਬੰਧਿਤ ਹੋਇਆ ਕਰਦੀਆਂ, ਜਿਹੜਾ ਉਸ ਅਵਸਥਾ ਤੱਕ ਪਹੁੰਚਿਆ ਬੰਦਾ ਉਹੀ ਮਹਿਸੂਸ ਕਰਦਾ ਹੈ, ਉਸੇ ਨੂੰ ਹੀ ਪਤਾ ਹੁੰਦਾ। ਜਿਹੜਾ ਉਰਲੀ ਮੰਜ਼ਿਲ 'ਚ ਫਿਰਦਾ ਉਹਨਾਂ ਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਹੁੰਦਾ, ਉਹ ਸਿਰਫ ਕਿੰਤੂ ਪ੍ਰੰਤ ਕਰਨਾ ਜਾਣਦੇ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਵੇਈ ਨਦੀ ਵਿੱਚ ਇਸ਼ਨਾਨ ਕਰਨ ਗਏ, ਦੋ ਦਿਨ ਮੁੜੇ ਨਹੀਂ, ਉਹਨਾਂ ਨੇ ਇਕਾਂਤ ਵਿੱਚ ਬੈਠ ਕੇ ਫੈਸਲਾ ਕੀਤਾ ਕਿ ਨਿਸ਼ਾਨਾ ਕੀ ਹੋਣਾ ਚਾਹੀਦਾ, ਕਰਨਾ ਕੀ ਹੈ, ਲੋਕਾਂ ਨੂੰ ਕਿਵੇਂ ਸਮਝਾਉਣਾ, ਮੇਰਾ ਮਿਸ਼ਨ ਕੀ ਹੈ। ਇਕਾਂਤ ਵਿੱਚ ਬੈਠ ਕੇ ਵੇਈ ਨਦੀ ਤੇ ਗੁਰੂ ਪਿਆਰੀ ਸਾਧ ਸੰਗਤ ਜੇ ਮਹਾਤਮਾ ਬੁੱਧ ਨੇ ਕੋਈ ਫੈਸਲਾ ਕੀਤਾ ਤੁਰੇ ਮਨੁੱਖਤਾ ਦੀ ਸੇਵਾ ਵਾਸਤੇ, ਤੇ ਉਹਨਾਂ ਨੂੰ ਵੀ ਗੋਇਆ ਤੋਂ ਪਿੱਪਲ ਦੇ ਹੇਠਾਂ ਬੈਠੇ ਇਕਾਂਤ ਦੇ ਵਿੱਚ ਤੇ ਗਿਆਨ ਹੋਇਆ। ਇਸੇ ਤਰ੍ਹਾਂ ਮੂਸਾ ਕਹਤੂਰ ਦੇ ਪਹਾੜ ਤੇ ਜਾ ਕੇ ਇਕਾਂਤ ਵਿੱਚ ਬੈਠਦੇ ਤੇ ਫੈਸਲਾ ਕਰਦਾ ਆਪਣੇ ਲੋਕਾਂ ਦੇ ਵਾਸਤੇ ਕੀ ਕਰਨਾ ਹੈ। ਈਸਾ ਮਸੀਹ ਜਾਰਡਨ ਦਰਿਆ ਤੇ ਜਾ ਕੇ ਇਕਾਂਤ ਵਿੱਚ ਬੈਠ ਕੇ ਫੈਸਲਾ ਕਰਦੇ, ਹਜ਼ਰਤ ਮੁਹੰਮਦ ਮਿਆਰਾਜ ਤੇ ਜਾ ਕੇ ਇਕਾਂਤ ਵਿੱਚ ਬੈਠ ਕੇ ਫੈਸਲਾ ਕਰਦੇ, ਮੈਂ ਲੋਕਾਂ ਨੂੰ ਕੀ ਕਹਿਣਾ ਹੈ, ਲੋਕਾਂ ਨੂੰ ਕੀ ਦੇਣਾ ਹੈ, ਇਹ ਸਾਰਾ ਪ੍ਰਬੰਧ ਕਿਵੇਂ ਕਰਨਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਵੇਈ ਨਦੀ ਵਿੱਚ ਨਹਾਉਣ ਗਿਆ ਇਕਾਂਤ ਵਿੱਚ ਬੈਠ ਕੇ ਇਹ ਫੈਸਲਾ ਕੀਤਾ। ਗੁਰੂ ਪਿਆਰੀ ਸਾਧ ਸੰਗਤ ਮਰਦਾਨੇ ਤੇ ਬਾਲੇ ਨੂੰ ਸੱਦਿਆ ਤੇ ਹਾਲਾਤਾਂ ਤੋਂ ਜਾਣੂ ਕਰਵਾਇਆ। ਉਦੋਂ ਵੀ ਅੱਜ ਵਾਂਗ ਮੇਰਾ ਵੀਰ ਮੇਰੇ ਤੋਂ ਪਹਿਲਾਂ ਜ਼ਿਕਰ ਕਰਕੇ ਗਿਆ ਹੈ ਕਿ ਇੰਗਲੈਂਡ ਤੋਂ ਜਗਤਾਰ ਸਿੰਘ ਜੀ ਜੱਗੀ, ਸੋਸ਼ਲ ਮੀਡੀਆ ਤੇ ਵੀ ਇਹ ਜ਼ਿਕਰ ਆ ਰਿਹਾ, ਉਹਨਾਂ ਨੂੰ ਪੰਜਾਬ ਦੀ ਪੁਲਿਸ ਨੇ ਬੜੇ ਅਨਿਆਂ ਕੀਤੇ ਹੈ। ਗੁਰੂ ਪਿਆਰੀ ਸਾਧ ਸੰਗਤ, ਮੈਂ ਪਹਿਲੀ ਵਾਰ ਇਸ ਧਰਤੀ ਤੇ ਆਇਆ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਜਦ ਸੰਘਰਸ਼ ਵਿੱਢਿਆ, ਮੈਂ ਕਾਲਜੋ ਹਟਿਆ ਸਾਂ, ਉਹਨਾਂ ਦੇ ਦਰਸ਼ਨ ਕੀਤੇ ਹੈ, ਉਹਨਾਂ ਦੇ ਥਾਪੜੇ ਤੇ ਮੈਂ 83 ਦੇ ਵਿੱਚ ਨਗਰ ਦਾ ਸਰਪੰਚ ਬਣਿਆ, ਬੜੇ ਪਰਚੇ ਮੇਰੇ ਤੇ ਵੀ ਹੋਏ। ਇਸ ਪਰਿਵਾਰ ਦੇ ਨਾਲ ਬਾਬਾ ਜਗਿੰਦਰ ਸਿੰਘ ਜੀ ਦੇ ਨਾਲ ਚੱਲੇ, ਉਦੋਂ ਮੈਂ ਇਹ ਵੇਖੇ ਆ ਪਰਚੇ ਮੇਰੇ ਤੇ ਆਪ 8 ਪਰਚੇ ਤੇ ਬਿਲਕੁਲ ਝੂਠੇ, ਨਿਆਂ ਲੈਂਦਿਆਂ ਚਿੱਟੀਆਂ ਦਾੜੀਆਂ ਹੋ ਗਈਆਂ। ਗੁਰੂ ਪਿਆਰੀ ਸਾਧ ਸੰਗਤ, ਨਿਆਂ ਖਾਸ ਕਰਕੇ ਇੰਡੀਆ ਦੇ ਵਿੱਚ ਨਿਆਂ ਲੈਣਾ ਵੀ ਬੜਾ ਔਖਾ ਹੈ, ਉੱਥੋਂ ਦੀਆਂ ਕੋਰਟਾਂ ਝੁਕਾ ਵੇਖ ਲੈਂਦੀਆਂ ਕਿ ਸਮੇਂ ਦੀ ਸਰਕਾਰ ਦਾ ਝੁਕਾ ਕੀ ਮੰਗ ਕਰਦਾ ਹੈ, ਚਾਹੁੰਦੇ ਕੀ ਹੈ, ਉਹੋ ਜਿਹੇ ਫੈਸਲੇ ਕਰ ਦਿੱਤੇ ਜਾਂਦੇ। ਕੋਈ ਵਿਰਲੇ ਟਾਵੇਂ ਟਾਵੇਂ ਜੱਜ ਹੈ ਤੇ ਫਿਰ ਉਹਨਾਂ ਨੂੰ ਵੀ ਬੜੀਆਂ ਮੁਸੀਬਤਾਂ ਦੇ ਨਾਲ ਸਾਹਮਣਾ ਕਰਨਾ ਪੈਂਦਾ, ਜਿਹੜਾ ਮੁਸੀਬਤ ਤੋਂ ਡਰ ਗਿਆ ਉਹ ਨਿਆਂ ਉਹ ਵੀ ਨਹੀਂ ਕਰ ਸਕਦਾ। ਸੋ ਗੁਰੂ ਪਿਆਰੀ ਸਾਧ ਸੰਗਤ, ਉਸ ਨੌਜਵਾਨ ਦੇ ਪ੍ਰਥਾਏ 23 ਤਰੀਕ ਨੂੰ ਇੱਥੇ ਹੀ ਇਕੱਠੇ ਹੋ ਕੇ ਕੋਈ ਇਹੋ ਜਿਹੇ ਵਿਚਾਰ ਕਰਕੇ ਮਨੁੱਖੀ ਹੱਕਾਂ ਦੀ ਰਾਖੀ, ਗੁਰੂ ਪਿਆਰੀ ਸਾਧ ਸੰਗਤ, ਇੰਡੀਆ ਦੇ ਵਿੱਚ ਮਨੁੱਖੀ ਹੱਕਾਂ ਦਾ ਬੜਾ ਕਤਲੇਆਮ ਕੀਤਾ ਜਾ ਰਿਹਾ। ਸਾਡਾ ਕੋਰਟ ਦਾ ਇੱਕ ਜੱਜ ਅਜੀਤ ਸਿੰਘ ਬੈਂਸ ਇਹਨਾਂ ਹੱਕਾਂ ਨੂੰ ਲੈ ਕੇ ਚੱਲਿਆ ਤੇ ਜੇਲ੍ਹ ਉਹਨੂੰ ਵੀ ਵਿਚਾਰੇ ਨੂੰ ਵੇਖਣੀ ਪਈ, ਤੇ ਅਸੀਂ ਕਿੱਥੇ ਖੜੇ ਹਾਂ। ਮੈਂ ਉਸ ਇਲੈਕਸ਼ਨ ਦੇ ਵਿੱਚ ਨਾਲ ਸਾਂ, ਜਲੰਧਰ ਤੋਂ ਖੜੇ, ਤੇ ਅਜੀਤ ਸਿੰਘ ਬੈਂਸ ਨੂੰ ਅਸੀਂ ਸਿੱਖਾਂ ਨੇ, ਪੰਜਾਬ ਜਿਹੜਾ ਧੁਨੀ ਹੈ, ਸਿੱਖਾਂ ਦਾ ਪੇਕਾ ਘਰ ਹੈ, ਉਹਨਾਂ ਨੇ ਹਰਾਤਾ। ਸੋ ਗੁਰੂ ਪਿਆਰੀ ਸਾਧ ਸੰਗਤ, ਇਹ ਸਾਰੇ ਪ੍ਰਬੰਧ ਲੋਕਤੰਤਰ ਸਿਸਟਮ ਦੇ ਵਿੱਚ ਇਹਨੂੰ ਅਗਵਾ ਕਰਕੇ ਕਿਵੇਂ ਵੋਟ ਲੈਣੀ ਹੈ, ਇਹ ਸਾਰੇ ਪ੍ਰਬੰਧ ਸਮੇਂ ਦੇ ਉੱਥੋਂ ਦੀਆਂ ਸਥਾਪਿਤ ਸਰਕਾਰਾਂ, ਇੱਕ ਜਾਵੜੀ ਦੂਜੀ ਆ ਗਈ, ਦੂਸਰੀ ਆ ਗਈ, ਪਹਿਲੀ ਜਾਵੜੀ ਕਦੇ ਰਲ ਕੇ, ਹੁਣ ਦੇ ਇਲੈਕਸ਼ਨਾਂ ਵਾਂਗੂ ਰਲ ਕੇ ਇਲੈਕਸ਼ਨ ਲੜ ਲਏ,
ਅਕਾਲੀ ਤੇ ਕਾਂਗਰਸ ਦੀ ਜਿਹੜੇ ਪਰਚੇ ਕਰਦੇ ਸੀ ਇੱਕ ਦੂਜੇ ਤੇ ਕੈਪਟਨ ਤੇ ਬਾਦਲ ਗੁਰੂ ਪਿਆਰੀ ਸਾਹਿਬ ਸਾਂਝ ਅੱਜ ਇਕੱਠੇ ਦੱਸੋ ਕੈਪਟਨ ਨੂੰ ਪਟਿਆਲੇ ਤੋਂ ਬਾਹਰ ਜਾਣ ਦੀ ਕੀ ਲੋੜ ਸੀ ਜਾ ਕੇ ਲੱਭੀ ਕਿ ਮੇਰੀ ਕਾਂਗਰਸ ਹੀ ਵੋਟ ਨਾ ਕਿਤੇ ਪਾਸੇ ਚਲੀ ਜਾਵੇ ਉੱਥੇ ਜਾ ਕੇ ਇਲੈਕਸ਼ਨ ਲੜਿਆ ਸੁਖਬੀਰ ਬਾਦਲ ਦੇ ਉਹਨੂੰ ਵੋਟ ਇਕੱਠੀ ਕਰਨ ਵਾਸਤੇ ਵੱਡੇ ਕੱਦ ਵਾਲਾ ਬੇਅੰਤ ਦਾ ਪੋਤਰਾ ਉਹ ਜਾ ਠੱਲਿਆ ਜਲਾਲਾਬਾਦ ਉਹਦਾ ਕੀ ਹੈ ਹੇਲਾ ਨੀ ਹੇਲੀ ਨੀ ਇਹ ਸਾਰੇ ਫਰੈਂਡਲੀ ਮੈਚ ਗੁਰੂ ਪਿਆਰੀ ਸਾਹਿਬ ਸੰਗਤ ਮੈਂ ਇੱਧਰ ਨਾ ਜਾਂਦਾ ਹੋਇਆ ਸਮੇਂ ਦਾ ਸੱਚ ਹੁੰਦਾ ਤਾਂ ਕੌੜਾ ਸੁਣਨਾ ਵੀ ਔਖਾ ਕਹਿਣਾ ਵੀ ਔਖਾ ਉਹਦੇ ਤੇ ਚੱਲਣਾ ਵੀ ਔਖਾ ਕਈ ਵਾਰ ਮਨੁੱਖ ਉਹਦੇ ਤੇ ਚੱਲਦੇ ਆਪਣੇ ਬੱਚਿਆਂ ਵੱਲੀ ਵੇਖ ਕੇ ਡੋਲ ਵੀ ਜਾਇਆ ਕਰਦੇ ਹੈ ਤੇ ਸਾਨੂੰ ਥੋੜਾ ਜਿਹਾ ਤਰਸ ਕਰਨਾ ਚਾਹੀਦਾ ਅਸੀਂ ਹਰ ਇੱਕ ਤੇ ਹੀ ਵੱਧ ਗਿਣਤੀ ਦੇ ਵਿੱਚ ਆਮ ਦੋਸ਼ ਲਾ ਕੇ ਨਕਾਰਾ ਕਰਦੇ ਹਾਂ ਸੋ ਗੁਰੂ ਪਿਆਰੀ ਸਾਹਿਬ ਸੰਗਤ ਇੰਡੀਆ ਦੇ ਵਿੱਚ ਨਿਆਂ ਲੈਣਾ ਬੜਾ ਔਖਾ ਹੈ ਇੰਡੀਆ ਦੀ ਧਰਤੀ ਤੇ ਉਸ ਭਾਰਤ ਦੀ ਧਰਤੀ ਤੇ ਉਸ ਸਮੇਂ ਦਾ ਮੈਂ ਜ਼ਿਕਰ ਕਰ ਰਿਹਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਮਰਦਾਨੇ ਨੂੰ ਆਖਿਆ ਮਰਦਾਨਿਆ ਚੱਲ ਚੱਲੀਏ ਲੋਕਾਂ ਦੇ ਦਰਦ ਵਡਾਉਣ ਵਾਸਤੇ ਲੋਕਾਂ ਦੇ ਦੁੱਖ ਸੁੱਖ ਵਿੱਚ ਜਾ ਕੇ ਸ਼ਾਮਲ ਹੋਈਏ ਲੋਕਾਂ ਨੂੰ ਅਹਿਸਾਸ ਕਰਵਾਈਏ ਲੋਕਾਂ ਨੂੰ ਦੱਸੀਏ ਇਹਨਾਂ ਹਾਲਾਤਾਂ ਤੋਂ ਜਾਣੂ ਕਰਵਾਈਏ ਉਸ ਵੇਲੇ ਦਾ ਸੀਨ ਛੰਦ ਦੇ ਰਾਹੀਂ ਮੇਰਾ ਕਵਿਸ਼ਰੀ ਜਥਾ ਤੁਹਾਡੇ ਚਰਨਾਂ ਵਿੱਚ ਸਰਪੰਚ ਸੁਖਦੇਵ ਸਿੰਘ ਮਹਿਰ ਮਡੋਡਾ ਵਾਲੇ ਜ਼ਿਲ੍ਹਾ ਫਰੀਦਕੋਟ ਪੰਜਾਬ ਤੋਂ ਕੁਝ ਸਮੇਂ ਤੋਂ ਇੱਥੇ ਪਹੁੰਚੇ ਤੁਹਾਡੇ ਦਰਸ਼ਨ ਕਰ ਰਹੇ ਹਾਂ ਉਸ ਵੇਲੇ ਦੇ ਹਾਲਾਤਾਂ ਦਾ ਜ਼ਿਕਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਜਿਵੇਂ ਆਪਣੇ ਸਾਥੀਆਂ ਨੂੰ ਕਹਿ ਰਿਹਾ ਇਸ ਤਰ੍ਹਾਂ ਸਰਵਣ ਕੋ ਇੱਕ ਦਿਨ ਲੱਗੇ ਸਤਿਗੁਰੂ ਮੁਖ ਵਿੱਚੋਂ ਪਰਮਾਣ ਚੱਲ ਚੱਲੀਏ ਮਰਦਾਨਿਆ ਦੁਖੀਆਂ ਦੇ ਦੁੱਖ ਮਟਾਉਣ ਰੋਂਦੀ ਵੇਖਿਆ ਜਦੋਂ ਹਿੰਦ ਦੀ ਜਿੰਦ ਦਹੇਲੀ ਨੂੰ ਰੋਂਦੀ ਵੇਖਿਆ ਜਦੋਂ ਹਿੰਦ ਦੀ ਜਿੰਦ ਦਹੇਲੀ ਨੂੰ ਸਤਿਗੁਰ ਨਾਨਕ ਕਹਿਣ ਲੱਗੇ ਬਚਪਨ ਦੇ ਬੇਲੀ ਨੂੰ ਸਤਿਗੁਰ ਨਾਨਕ ਕਹਿਣ ਲੱਗੇ ਬਚਪਨ ਦੇ ਬੇਲੀ ਨੂੰ ਹੋਵੇ ਵੇਖਿਆ ਨੀ ਰੁਕਣਾ ਲੱਖ ਪਰਵਾਹ ਕਰੋ ਕਾਂ ਦੇ ਚੱਲ ਚੱਲੀਏ ਮਰਦਾਨਿਆ ਦਰਦ ਵੰਡਾਵਨ ਲੋਕਾਂ ਦੇ ਚੱਲ ਚੱਲੀਏ ਮਰਦਾਨਿਆ ਦਰਦ ਵੰਡਾਵਨ ਲੋਕਾਂ ਦੇ ਉਹ ਰੋਂਦੀ ਵੇਖਿਆ ਜਦੋਂ ਹਿੰਦ ਦੀ ਜਿੰਦ ਦਹੇਲੀ ਨੂੰ ਰੋਂਦੀ ਵੇਖਿਆ ਜਦੋਂ ਹਿੰਦ ਦੀ ਜਿੰਦ ਦਹੇਲੀ ਨੂੰ ਸਤਿਗੁਰ ਨਾਨਕ ਕਹਿਣ ਲੱਗੇ ਬਚਪਨ ਦੇ ਬੇਲੀ ਨੂੰ ਸਤਿਗੁਰ ਨਾਨਕ ਕਹਿਣ ਲੱਗੇ ਬਚਪਨ ਦੇ ਬੇਲੀ ਨੂੰ ਰੋਕਾਂ ਨੀ ਰੁਕਣਾ ਲੱਖ ਪਰਵਾਹ ਕਰੋ ਕਾਂ ਦੇ ਚੱਲ ਚੱਲੀਏ ਮਰਦਾਨਿਆ ਦਰਦ ਵੰਡਾਵਣ ਲੋਕਾਂ ਦੇ ਚੱਲ ਚੱਲੀਏ ਮਰਦਾਨਿਆ ਦਰਦ ਵੰਡਾਵਣ ਲੋਕਾਂ ਦੇ ਉਹ ਬਣੇ ਮੁਕੱਦਮ ਕੁੱਤੇ ਰਾਜ ਕਿਉਂ ਬਗੈੜ ਬਣੇ ਬਣੇ ਮੁਕੱਦਮ ਕੁੱਤੇ ਰਾਜ ਕਿਉਂ ਬਗੈੜ ਬਣੇ ਵਸਦੇ ਰਸਦੇ ਤਖਤ ਹਜ਼ਾਰੇ ਕਿਵੇਂ ਉਹ ਜਾੜ ਬਣੇ ਵਸਦੇ ਰਸਦੇ ਤਖਤ ਹਜ਼ਾਰੇ ਕਿਵੇਂ ਉਹ ਜਾੜ ਬਣੇ ਖੇਡ ਵਾਰੀ ਬਣ ਗਏ ਕਿਉਂ ਰਾਂਝਣ ਦੀਆਂ ਥੋਕਾਂ ਦੇ ਚੱਲ ਚੱਲੀਏ ਮਰਦਾਨਿਆ ਦਰਦ ਵੰਡਾਵਣ ਲੋਕਾਂ ਦੇ ਚੱਲ ਚੱਲੀਏ ਮਰਦਾਨਿਆ ਦਰਦ ਵੰਡਾਵਣ ਲੋਕਾਂ ਦੇ ਉਹ ਦੇਸ਼ ਮੇਰੇ ਦਾ ਬੇੜਾ ਲੱਗਦਾ ਥੱਲੇ ਗਰਕ ਰਿਹਾ ਦੇਸ਼ ਮੇਰੇ ਦਾ ਬੇੜਾ ਲੱਗਦਾ ਥੱਲੇ ਗਰਕ ਰਿਹਾ ਬਗਲੇ ਤੇ ਮੋਰਾਂ ਦੇ ਵਿੱਚ ਨਾ ਬਹੁਤਾ ਫਰਕ ਰਿਹਾ ਦਾਨਿਆ ਬਗਲੇ ਤੇ ਮੋਰਾਂ ਦੇ ਵਿੱਚ ਨਾ ਬਹੁਤਾ ਫਰਕ ਰਿਹਾ ਤੇਰੇ ਕਰਨੇ ਨੰਗੇ ਮਾਰਾ ਪੀਣੀਆਂ ਜੋ ਕਾਂ ਦੇ ਚੱਲ ਚੱਲੀਏ ਮਰਦਾਨਿਆ ਦਰਦ ਵੰਡਾਵਣ ਲੋਕਾਂ ਦੇ ਚੱਲ ਚੱਲੀਏ ਮਰਦਾਨਿਆ ਦਰਦ ਵੰਡਾਵਣ ਲੋਕਾਂ ਦੇ
ਰੱਬ ਅਠਾਉਂਦੇ ਲੀਡਰ ਹਿੰਦੂ ਮੁਸਲਮੇ ਪਾੜੇ ਦਾ ਲਾਭ ਉਠਾਉਂਦੇ ਆਗੂ ਹਿੰਦੂ ਮੁਸਲਮੇ ਪਾੜੇ ਦਾ ਜਿਉਣਾ ਹੋ ਗਿਆ ਦੁੱਬਰ ਇਸ ਧਰਤੀ ਤੇ ਮਾੜੇ ਦਾ ਜਿਉਣਾ ਹੋ ਗਿਆ ਦੁੱਬਰ ਇਸ ਧਰਤੀ ਤੇ ਮਾੜੇ ਦਾ ਜਿਸਮਾਂ ਦੀ ਮੰਡੀ ਵਿੱਚ ਵੜੇ ਵਪਾਰੀ ਥੋਕਾਂ ਦੇ ਪੈਤਲੀਏ ਮਰਦਾਨਿਆ ਦਰਦ ਮੰਡਾਵਨ ਲੋਕਾਂ ਦੇ ਪੈਤਲੀਏ ਮਰਦਾਨਿਆ ਦਰਦ ਮੰਡਾਵਨ ਲੋਕਾਂ ਦੇ ਪਾਣੀ ਹੋ ਗਏ ਗੰਦਲੇ ਸਤਲੁਜ ਤੇ ਰਾਵੀ ਦੇ ਪਾਣੀ ਹੋ ਗਏ ਗੰਦਲੇ ਸਤਲੁਜ ਤੇ ਰਾਵੀ ਦੇ ਵਾੜ ਖੇਤ ਨੂੰ ਖਾਵੇ ਪੁੱਠੇ ਚੱਕਰ ਪਾਵੀ ਦੇ ਵਾੜ ਖੇਤ ਨੂੰ ਖਾਂਦੀ ਪੁੱਠੇ ਚੱਕਰ ਪਾਵੀ ਦੇ ਫੁੱਲਾਂ ਦੀ ਰਾਖੀ ਤੇ ਬੈਠੇ ਇੱਜੜ ਬੋਕਾਂ ਦੇ ਚੱਲ ਚੱਲੀਏ ਮਰਦਾਨਿਆ ਦਰਦ ਮੰਡਾਵਨ ਲੋਕਾਂ ਦੇ ਚੱਲ ਚੱਲੀਏ ਮਰਦਾਨਿਆ ਦਰਦ ਮੰਡਾਵਨ ਲੋਕਾਂ ਦੇ ਸਾਂਝ ਦਿਲਾਂ ਦੀ ਪਾ ਕੇ ਨਹੀਂ ਉਹ ਅੱਧ ਵਿੱਚ ਛੋੜੀ ਦਾ ਸਾਂਝ ਦਿਲਾਂ ਦੀ ਪਾ ਕੇ ਨਹੀਂ ਉਹ ਅੱਧ ਵਿੱਚ ਛੋੜੀ ਦਾ ਜਿਗਰੀ ਵਰਗਾ ਅੱਜ ਕੌਮ ਨੂੰ ਮਹਿਰਮ ਲੋੜੀ ਦਾ ਦਾਨਿਆ ਜਿਗਰੀ ਵਰਗ ਅੱਜ ਕੌਮ ਨੂੰ ਮਹਿਰਮ ਲੋੜੀ ਦਾ ਠੰਡ ਬਣਾ ਦੇ ਜਿਹੜਾ ਜ਼ੁਲਮੀ ਤਿੱਖੀਆਂ ਲੋਕਾਂ ਦੇ ਚੱਲ ਚੱਲੀਏ ਮਰਦਾਨਿਆ ਦਰਦ ਮੰਡਾਵਨ ਲੋਕਾਂ ਦੇ ਚੱਲ ਚੱਲੀਏ ਮਰਦਾਨਿਆ ਦਰਦ ਮੰਡਾਵਨ ਲੋਕਾਂ ਦੇ ਹੋ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇੰਨਾ ਲੰਮਾ ਪੈਂਡਾ ਪੈਦਲ ਤਹਿ ਕੀਤਾ। ਮੈਂ ਪੈਂਡੇ ਦਾ ਜ਼ਿਕਰ ਤਾਂ ਨਹੀਂ ਕਰਨਾ ਚਾਹੁੰਦਾ ਕਿ ਇਤਿਹਾਸਕਾਰਾਂ ਨੇ ਵੱਖ ਵੱਖ ਦੂਰੀ ਲਿਖੀ ਹੈ। ਸੋ ਪਰ ਕੌਮ ਦਾ ਦਰਦ ਰੱਖਣ ਵਾਲੇ ਲੋਕਾਂ ਨੇ ਇੱਕ ਫੈਸਲਾ ਜ਼ਰੂਰ ਕਰ ਲਿਆ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਚਾਰਾਂ ਉਦਾਸੀਆਂ 'ਚ ਜਿੰਨਾ ਪੈਦਲ ਸਮਾਂ ਤੈਅ ਕੀਤਾ ਤੇ ਜਿੰਨੇ ਸਮੇਂ 'ਚ ਉਹ ਪੈਂਡਾ ਤਹਿ ਕੀਤਾ ਤੁਰੇ ਉਹਨੂੰ ਵੰਡ ਲਿਆ ਜਾਵੇ ਡਿਵਾਈਡ ਕਰ ਲਿਆ ਜਾਵੇ ਤਾਂ ਰੋਜ਼ ਦੇ 25 ਮੀਲ ਬਣਦੇ ਆ ਮੇਰੇ ਪਾਤਸ਼ਾਹ। 25 ਮੀਲ ਰੋਜ਼ ਲੋਕਾਂ ਦੀ ਖਾਤਰ ਪੈਦਲ ਤੁਰੇ। ਇੱਥੇ ਮੈਂ ਇੱਕ ਜ਼ਿਕਰ ਕਰਨਾ ਚਾਹਾਂਗਾ ਗੁਰੂ ਪਿਆਰੀ ਸਾਧ ਸੰਗਤ ਸਾਡੇ ਜੀਵਨ ਦੇ ਵੱਖ ਵੱਖ ਖੇਤਰ ਹੋਇਆ ਕਰਦੇ ਆ ਪ੍ਰਚਾਰਕਾਂ ਦੇ। ਜਿਹੜਾ ਚਿੱਤਰਕਾਰ ਹੈ ਉਹਦਾ ਵੀ ਇੱਕ ਖੇਤਰ ਹੈ। ਉਹਨੇ ਤਸਵੀਰ ਬਣਾ ਕੇ ਉਹਦੇ 'ਤੇ ਪਾਬੰਦੀ ਇਹ ਤੂੰ ਬੋਲਣਾ ਨਹੀਂ ਅਤੇ ਅੱਖਰ ਵੀ ਨਹੀਂ ਲਿਖਣੇ, ਉਹਦੀ ਪੇਂਟਿੰਗ ਨੇ ਬੋਲ ਕੇ ਦੱਸਣਾ ਸਾਰਾ ਹਾਵ ਭਾਵ ਉਸ ਸਾਖੀ ਦਾ ਉਸ ਗੱਲ ਦਾ, ਉਹਦੀ ਤਸਵੀਰ ਨੇ ਬੋਲਣਾ। ਅਤੇ ਜਿਹੜਾ ਕਵੀ ਹੁੰਦਾ ਹੈ ਕਵੀ ਨੇ ਆਪਣੀ ਕਵਿਤਾ ਦੇ ਰਾਹੀਂ ਜਿਹੜੀ ਸੋਚ ਹੈ ਜਿਹੜਾ ਸਮੇਂ ਦਾ ਸੱਚ ਹੈ ਉਹ ਲੋਕਾਂ ਦੇ ਸਾਹਮਣੇ ਰੱਖਣਾ ਹੁੰਦਾ ਹੈ। ਕਿਸੇ ਨੇ ਗਾ ਕੇ, ਕਿਸੇ ਨੇ ਕਥਾ ਕਰਕੇ, ਕਿਸੇ ਨੇ ਪੇਂਟਿੰਗ ਬਣਾ ਕੇ, ਵੱਖ ਵੱਖ ਖੇਤਰ ਹੈ। ਪਰ ਸੰਗਤ ਇਹ ਨਿਰਣਾ ਨਹੀਂ ਕਈ ਵਾਰਾਂ ਕਰ ਸਕਦੀ। ਪੇਂਟਿੰਗ ਦੇ ਅਰਥ ਗਲਤ ਲੈ ਲਏ ਜਾਂਦੇ ਜੇ ਉਹ ਸਮਝਾਉਣਾ ਚਾਹੁੰਦਾ ਹੈ, ਕਈ ਵਾਰਾਂ ਪ੍ਰਚਾਰ ਦੇ ਅਰਥ ਗਲਤ ਲੈ ਲਏ ਜਾਂਦੇ। ਮੈਂ ਇੱਧਰ ਨੂੰ ਜ਼ਿਆਦਾ ਨਾ ਜਾਵਾਂ। ਹੁਣ ਸੋਭਾ ਸਿੰਘ ਨੇ ਚਿੱਤਰ ਬਣਾਇਆ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ, ਬੜਾ ਪਿਆਰਾ ਚਿੱਤਰ ਹੈ। ਸਿਰ ਝੁਕਦਾ ਹੈ, ਉਹਦੀ ਜਿਹੜੀ ਕਲਾ ਕਿਰਤ ਉਹਦੇ ਮੂਹਰੇ ਬੜਾ ਸੁੰਦਰ ਚਿੱਤਰ ਹੈ। ਉਹਦੇ ਮਨ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਤਿਕਾਰ ਉਪਜਿਆ। ਸਤਿਕਾਰ ਦੇ ਵਿੱਚ ਉਹਨੇ ਲਿਬਾਸ ਉਹ ਰੱਖਿਆ ਜਿਹੜਾ
ਸ਼ੁਰੂ ਤੋਂ ਲੈ ਕੇ ਇਸ ਹਿੰਦੁਸਤਾਨ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮੇਂ ਤੋਂ ਪਹਿਲਾਂ ਤੋਂ ਚੱਲਦਾ ਆ ਰਿਹਾ ਸੀ। ਫਕੀਰ ਫੱਕਰ ਬੰਦਿਆਂ ਦਾ, ਦਰਵੇਸ਼ ਬੰਦਿਆਂ ਦਾ ਲਿਬਾਸ। ਹੁਣ ਗੁਰੂ ਪਿਆਰੀ ਸਾਹਿਬ ਸੰਗਤ, ਮੈਂ ਬੇਨਤੀ ਕਰਾਂ, ਮਾਲਾ ਦੇ ਹੱਕ ਵਿੱਚ ਸਿੱਖ ਧਰਮ ਦੇ ਵਿੱਚ ਕੋਈ ਬਹੁਤਾ ਪੱਖ ਨਹੀਂ ਲਿਆ ਜਾਂਦਾ, ਪਰ ਉਸ ਪੇਂਟਿੰਗ ਦੇ ਵਿੱਚ ਲੋੜੋਂ ਵੱਧ ਮਾਲਾ, ਪਰ ਉਹਨੇ ਇੱਕ ਜਿਹੜਾ ਸਥਾਪਿਤ ਹੋ ਚੁੱਕਿਆ ਦਰਵੇਸ਼ ਫੱਕਰ ਪਰਮਾਤਮਾ ਨਾਲ ਪਿਆਰ ਕਰਨ ਵਾਲੇ ਲੋਕਾਂ ਦਾ ਚਿੱਤਰ, ਜੇ ਉਹ ਨਹੀਂ ਸੀ ਵਿਖਾਉਂਦਾ ਤਾਂ ਤੁਹਾਨੂੰ ਇੱਕ ਭੁਲੇਖਾ ਪੈਣਾ ਸੀ। ਸੋ ਗੁਰੂ ਪਿਆਰੀ ਸਾਧ ਸੰਗਤ, ਉਸ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਬੜੇ ਕੂਲੇ ਕੂਲੇ ਹੱਥ, ਪੋਲੇ ਪੋਲੇ ਪੈਰ, ਗੁਲਾਬੀ ਹੋਠ, ਬੁੱਲ, ਇਹ ਉਹਦੀ ਸ਼ਰਧਾ ਜ਼ਰੂਰ ਹੈ, ਪਰ ਸਹੀ ਅਰਥਾਂ ਦੇ ਵਿੱਚ ਜਿਹੜਾ 25 ਮੀਲ ਰੋਜ਼ ਲੋਕਾਂ ਵਾਸਤੇ ਤੁਰਦਾ, ਉਹਦੇ ਪੈਰ ਇੰਨੇ ਕੂਲੇ ਨਹੀਂ ਹੋ ਸਕਦੇ। ਜੱਟ ਦਾ ਪੁੱਤ ਜਿਹੜਾ ਕਮਾਈ ਕਰਦਾ ਨਾ, ਆ ਬਜ਼ੁਰਗ ਬੈਠੇ ਹੈ, ਇਹ ਹੱਥ ਮਿਲਾ ਕੇ ਦੱਸ ਦਿੰਦੇ ਸੀ ਇਹ ਪੁੱਤ ਕਮਾਊਗਾ ਕਿ ਨਲਾਇਕ ਹੈ। ਜੇ ਤਾਂ ਹੱਥਾਂ ਦੀਆਂ ਉਂਗਲਾਂ ਤੇ ਗੰਢਾਂ ਹੋਣੀਆਂ, ਭਾਵਾਂ ਉਹ ਟਰੈਕਟਰ ਚਲਾਵੇ ਤੇ ਭਾਵਾਂ ਹੱਥੀ ਹਲ ਵਾਹੇ ਲੱਕੜ ਦਾ ਜੰਗੀ ਫੜ ਕੇ, ਤੇ ਭਾਵਾਂ ਕਈ ਵਾਹੇ ਹੱਥਾਂ ਤੇ ਗੰਢਾਂ ਬਣ ਜਾਂਦੀਆਂ। ਹਾਂ, ਜੇ ਦਫ਼ਤਰ ਵਿੱਚ ਬੈਠ ਕੇ ਕੰਮ ਕਰਨ ਵਾਲਾ ਹੈ ਜਾਂ ਵਿਹਲਾ ਰਹਿਣ ਵਾਲਾ ਹੈ ਤਾਂ ਫਿਰ ਤਾਂ ਡੰਡਾ ਨਹੀਂ ਬਣਦੀਆਂ। ਸਿਆਣੇ ਬੰਦਿਆਂ ਨੇ ਹੱਥ ਫੜ ਕੇ ਮਿਲਾ ਕੇ ਦੱਸ ਦੇਣਾ, ਰਿਸ਼ਤਾ ਕਰਨ ਮੁੰਡੇ ਨੂੰ ਵੇਖਣ ਜਾਣਾ, ਹੱਥਾਂ ਤੋਂ ਦੱਸ ਦੇਣਾ ਵੀ ਇਹ ਕੰਮ ਕਰਦਾ ਕਿ ਨਹੀਂ ਕਰਦਾ। ਹੁਣ ਜਿਹੜਾ ਸਾਡਾ ਗੁਰੂ ਸਾਨੂੰ ਆਂਦਾ ਸੁੱਚੀ ਕਿਰਤ ਕਰਨੀ, ਪਹਿਲਾਂ ਉਹਦਾ ਸ਼ਬਦ ਹੀ ਆ ਕਿਰਤ ਕਰੋ, ਤੇ ਇਤਿਹਾਸ ਦੱਸਦਾ ਜੇ ਉਹਨੂੰ ਗਹੁ ਨਾ ਵੇਖੀਏ ਵੀ ਉਹ 25 ਮੀਲ ਰੋਜ਼ ਤੁਰਦੇ ਸੀ, ਫਿਰ ਉਹਦੇ ਪੈਰ ਤਾਂ ਨਹੀਂ ਗੁਲਾਬੀ ਰਹੇ ਨੇ। ਗੁਰੂ ਪਿਆਰੀ ਸਾਧ ਸਿੰਘ ਵਿਆਈਆਂ ਪੱਟੀਆਂ, ਜਿਨ੍ਹਾਂ ਦਾ ਦਰਦ ਲੋਕਾਂ ਦਾ ਜਿਹਦੇ ਦਿਲ ਵਿੱਚ ਹੋਵੇ ਨਾ, ਤੇ ਇੰਨਾ ਪੈਦਲ ਤੁਰਨ ਦਾ ਤੁਹਈਆ ਆਪਣਾ ਪਰਿਵਾਰ ਪਿੱਛੇ ਛੱਡ ਕੇ ਤੁਰ ਪਏ। ਪਹਿਲੀ ਉਦਾਸੀ 11 ਸਾਲ ਘਰ ਤੋਂ ਪਾਸੇ ਰਹਿਣਾ ਬੜਾ ਔਖਾ ਹੈ। ਅਸੀਂ ਇੱਥੇ ਕੈਨੇਡਾ ਚ ਆਏ ਹਾਂ, ਸਾਡਾ ਰਹਿਣ ਨੂੰ ਵੀ ਜੀ ਕਰਦਾ ਵੀ ਪੈਸੇ ਬਣਦੇ ਆ, ਤੇ ਜਦੋਂ ਪਿੰਡੋਂ ਫੋਨ ਆ ਜਾਂਦਾ ਸਾਡੇ ਰੋਣ ਵੀ ਨਿਕਲ ਜਾਂਦਾ ਬੱਚਿਆਂ ਚ ਜਾਣਾ ਹੈ। ਮਨੁੱਖ ਆਪਣੇ ਬੱਚੇ ਛੱਡ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਲੋਕਾਂ ਦੀ ਗੱਲ ਕਰਨ ਦੀ ਖਾਤਰ ਤੁਰੇ, ਤੇ ਇੰਨੇ ਕਿਰਤ ਕਰਨ ਵਾਲੇ ਕਿ 27-28 ਸਾਲ ਦੇ ਤੁਰੇ, 26-27 ਸਾਲ ਯਾਤਰਾਵਾਂ ਕੀਤੀਆਂ, ਤੇ ਮਗਰਲੇ 16 ਸਾਲ ਕਰਤਾਰਪੁਰ ਖੇਤੀ ਕੀਤੀ। ਹੁਣ ਦੇ ਬਜ਼ੁਰਗ ਤਾਂ ਜਾਂ ਪਾਰਕ ਦੇ ਵਿੱਚ ਜਾਂ ਕਮਰੇ 'ਚ ਕਿਸੇ ਨੇ ਤਾਸ਼ ਖੇਡ ਲਈ, ਕਿਸੇ ਨੇ ਹੁਸ ਕਰ ਲਿਆ, ਨਾਮ ਜਪਣ ਤੋਂ ਵੀ ਗਰੇਜ਼ ਕਰਦੇ ਹਾਂ ਅਸੀਂ, ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਹਾਲ ਵਾਹਿਆ ਕਰਤਾਰਪੁਰ ਖੇਤੀ ਕੀਤੀ ਮਗਰਲੀ ਉਮਰ, ਜਦੋਂ ਬੈਠ ਕੇ ਖਾਣ ਦੀ ਸੀ। ਲੋਕਾਂ ਦਾ ਜਿਹਦੇ ਦਿਲ ਵਿੱਚ ਦਰਦ ਹੋਵੇ ਉਸ ਬੰਦੇ ਦਾ ਜੀਵਨ, ਉਹਦਾ ਰਹਿਣ ਸਹਿਣ ਹੀ ਵੱਖਰਾ ਹੋਇਆ ਕਰਦਾ। ਸੋ ਗੁਰੂ ਪਿਆਰੀ ਸਾਧ ਸੰਗਤ, ਗੁਰੂ ਨਾਨਕ ਦੇਵ ਜੀ ਮਹਾਰਾਜ ਤੁਰ ਪਏ, ਫੈਸਲਾ ਕਰ ਲਿਆ ਲੋਕਾਂ ਕੋਲ ਜਾ ਕੇ, ਚੱਲ ਕੇ ਲੋਕਾਂ ਨੂੰ ਜਾ ਕੇ ਸਮਝਾਉਣਾ, ਪੈਦਲ ਤੁਰੇ ਭਾਈ ਬਾਲੇ ਤੇ ਮਰਦਾਨੇ ਨੂੰ ਨਾਲ ਲੈ ਕੇ। ਗੁਰੂ ਪਿਆਰੀ ਸਾਧ ਸੰਗਤ, ਮੈਂ ਰਾਤ ਵੀ ਜ਼ਿਕਰ ਕੀਤਾ ਸੀ, ਅੱਜ ਕੋਸ਼ਿਸ਼ਾਂ ਇਹ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਲੋਂ ਇੱਕ ਸਾਥੀ ਘਟਾ ਦਿੱਤਾ ਜਾਵੇ, ਵੀ ਬਾਲੇ ਨਾਂ ਦਾ ਵਿਅਕਤੀ ਕੋਈ ਨਹੀਂ ਹੋਇਆ। ਚੰਦਰ ਭਾਣ ਸੰਧੂ ਜੱਟ ਦਾ ਪੁੱਤ ਬਾਲਾ ਨਾਲ ਤੁਰਿਆ। ਗੁਰੂ ਪਿਆਰੀ ਸਾਧ ਸੰਗਤ, ਆਪਣੇ ਗੂੜੇ ਮਿੱਤਰ ਜਿਹੜਾ ਬਹੁਤ ਹੀ ਗਰੀਬ ਜਗਤ ਰਾਮ ਦਾ ਪੁੱਤਰ ਹੈ, ਆਪਣੇ ਇਲਾਕੇ ਸੈਦਪੁਰ, ਉਸ ਵੇਲੇ ਸੈਦਪੁਰ ਸੀ ਉਸ ਪਿੰਡ ਦਾ ਨਾਂ, ਜਦ ਬਾਬਰ ਨੇ ਉਜਾੜਤਾ, ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਵਿਚਾਰ ਚਰਚਾ ਤੋਂ ਬਾਅਦ ਫਿਰ ਉਹਨੂੰ ਵਸਾਇਆ, ਤੇ ਅੱਜ ਉਹਦਾ ਨਾਂ ਏਮਨਾਬਾਦ ਹੈ। ਉਸ ਏਮਨਾਬਾਦ ਦਾ ਨਾਂ ਸੈਦਪੁਰ ਸੀ ਉਦੋਂ, ਤੇ ਸੈਦਪੁਰ ਦਾ ਸੀ ਭਾਈ ਲਾਲੋ, ਜਗਤ ਰਾਮ ਦਾ ਪੁੱਤਰ, ਤਰਖਾਣਾ ਦਾ, ਮਿਸਤਰੀਆਂ ਦਾ ਮੁੰਡਾ, ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਇੰਨਾ ਪਿਆਰ ਕਰਦਾ ਹੈ। ਪਿਆਰ ਇੱਕ ਇਹੋ ਜਿਹੀ ਚੀਜ਼ ਹੈ, ਇਹ ਦੁਵੱਲਾ ਵੱਧਦਾ, ਦੋ ਪਾਸਿਆਂ ਤੋਂ ਕਰੀਏ ਤਾਂ ਹੀ ਵੱਧਦਾ, ਇੱਕ ਤਰਫਾ ਨਹੀਂ ਵਧੀਆ ਕਰਦਾ, ਭਾਵਾਂ ਮਾਪਿਆਂ ਦਾ, ਭਾਵਾਂ ਪਤੀ ਪਤਨੀ ਦਾ, ਭਾਵਾਂ ਭੈਣ ਭਰਾ ਦਾ, ਭਾਵਾਂ ਮਨੁੱਖਤਾ ਦੇ ਵਿੱਚ ਤੁਸੀਂ ਵੈਸੇ ਕਿਸੇ ਗੁਣਵਾਨ ਬੰਦੇ ਨੂੰ ਪਿਆਰ ਕਰਦੇ ਹੋ, ਇੱਕ ਤਰਫਾ ਪਿਆਰ ਨਹੀਂ ਵਧੀਆ ਕਰਦਾ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਿਲ ਵਿੱਚ ਵੀ ਤਿਰੰਗਾ ਉੱਠਦੀਆਂ,
लालो ने याद किया गुरु प्यारी साध संगत जब लालो ने याद किया गुरु नानक देव जी महाराज नूं अनुभव होया इत्थे भी कई लोग जिक्र करते हैं जिहड़े विज्ञान ते चलण वाले पर साडे जीवन च सब दे आम वापरदा है दिलां नूं दिलां दे राह होया करदे है दिलां नूं दिलां दे राह किवें साडे जीवन विच मेरे नहीं तुहाडे भी आम वापरिया हो कईआं दे वापरदा है कि जदों असीं किसे दा जिक्र करदे गल्लां करदे आ बैठे उहदी गैर हाजरी च ते घरों बाहर निकली दा गली च मिलदा उहनूं मिलदिआं सार ही असीं आने आ तेरी बड़ी लंबी उम्र है तैनूं मैं हुणे याद कीता सी ते कई वार अगों अगला भी यह आंदा मैं तैनूं हुणे याद कीता सी तेरी बड़ी लंबी उम्र होवेगी गुरु प्यारी साध संगत जदों दिल दे विच तांग होवे गुरु की बाणी के मुताबिक तो प्यार ते तांग दे नाल याद दे नाल आहार भोजन भी मिलता है दूसरे नूं पर भावां विज्ञान इस गल नूं नहीं मनदे देखो गुरु अर्जन देव पातशाह बाणी दे विच आखदे ऊडे ऊड आवे सह कोसा ते सपाछे बचरे शरिया पूंज दे जिक्र करदे भी उड़दी उड़दी सह कोहां ते आ गई उन्हें पिछे बच्चे छड़े आ ते सपाछे बचरे शरिया तेन कवन खलावै कवन चगावै मन में सिमरन करिया वो कूज याद कर दी है बच्चे अपने ममता कूज दी दसी है वो याद कर दी है सिमरना याद करना भी मेरे बच्चे नु कौन चोगा चगाउंदा हो कौन खुआउंदा हो ये मन दे विच याद है ते बच्चे फिर भी उहदी गैर हाजरी च पल रहे हैं जिहड़े बच्चे नु चोगा चगाए तो बिना मां तो सरदा नहीं बच्चे वह भी पढ़ रहे हैं वो कूंज की मां का जेड़ा प्यार है अंदरली तांग है बच्चों पाल रही है इस पैथी ते विज्ञान ने कम नहीं हजे किया जो कम कर लिया हो यकीन हो जाऊ एदू पहला इस साखी ते भी किंतु हुंदा सी गुरु नानक देव जी महाराज नूं भैण नानकी ने याद किया भी फुलका उहदे खाण वाला तवे ते फुलिया ते बाबा जी पहुंच गए लोगों ने इहदे ते इतराज किया कईआं ने पर गुरु प्यारी साध संगत जी एलोपैथी तो बाद इह पैथी ते जद विज्ञानियों ने कम किया टैलोपैथी टैल मैने सुनना इस पैथी दा पैथी मैने पंधा रस्ता खोज जदों इहदे ते कम किया तां उस टैलोपैथी दे विचों निकलिया टैलीफोन टैलीविजन टैलीग्राम ते अज जदों कोई याद करदा ना समेत फोटो उदों ही तुसीं गल्लां कर लैंदे हो अज तुहानूं पता है कि उस चुंबक की खेड है सारी गुरु प्यारी साध संग मनुख एडा एहसान फरामोश है जिहड़ी गल उहनूं अखां राहीं दिसदी ते सामने हो जांदी उहनूं तां मन्नण लग पैंदा है ते दूसरी नूं जिहदा हजे पता नहीं उसनूं मन्नण नूं तैयार नहीं सो गुरु प्यारी साध संगत कुछ गल्लां अनुभव दियां हुंदियां उस अवस्था दे विच पहुंचियां उस अवस्था तो उरा फिरदे बंदियां नूं इन्हां गल्लां दा नहीं कोई पता लगता मैं एक शंद रख के खिमा दा जाचक होवांगा क्योंकि कई बुलारे कुछ कम दियां गल्लां करन वास्ते एकत्र होए उन्होंने जिक्र करना है हुण गुरु नानक देव जी महाराज अपने साथियों नूं लैके तुरपे मनुखता नूं तारन वास्ते ते उधरों दिल विच तार वजी याद कीता भाई लालो ने भाई लालो उम्र विच भावां 17 साल वड्डा है इतिहासकार दसदे गुरु नानक देव जी महाराज तो इत्थे वड्डे छोटे दा जिक्र नहीं हुंदा प्यार दे विच पर सत्कार बड़ा करदा है गुरु नानक देव जी महाराज दा अज भी मैं वेख्या जिहड़े पुज्जे साधु संत हुंदे आ है तो विरले कई के सारे नहीं पर उन्हां दा सत्कार इन्ना है वेखो मैं इतिहासक गल कर रहा तुहानू शायद इहदे ते किंतु करन दा समा मिल जाए हरगोबिंद पातशाह जिहदा जद ज्योति ज्योत समाए संस्कार होया तां कुछ प्राणियां ने छाल मार दित्ती उन्हां दी चिखा दे विच ते इह वी सच है जदों दमदमी टकसाल दे मुखी बाबा गुरबचन सिंह उन्हां दा शिशकार होया साल उदों भी मारती ये है मन दा
ਪਿਆਰ ਤੇ ਸਤਿਕਾਰ। ਸੋ ਗੁਰੂ ਪਿਆਰੀ ਸਾਧ ਸੰਗਤ ਯਾਦ ਕੀਤਾ ਲਾਲੋ ਨੇ, ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਰੁੱਖ ਉਧਰ ਨੂੰ ਕਰ ਲਿਆ ਸੈਦਪੁਰ ਲਈ ਨੂੰ, ਤੁਰੇ ਸਨ ਘਰੋਂ। ਹੁਣ ਯਾਦ ਕਰਦਾ ਉਹ ਗਰੀਬ ਤਰਖਾਨ, ਗਰੀਬਾਂ ਦੇ ਕੋਲ ਮੇਰੇ ਪਾਤਸ਼ਾਹ ਦਾ ਮਨ ਪਰਚਦਾ ਸੀ। ਗਰੀਬਾਂ ਨੂੰ ਪਿਆਰ ਕਰਨਾ ਇਹ ਬੜੀ ਵੱਡੀ ਤਪੱਸਿਆ ਹੈ। ਜਿਉਂਦਾ ਮਨੁੱਖ ਕਦੇ ਕੁਰਸੀ ਦਾ ਹੰਕਾਰ ਆ ਗਿਆ, ਕਦੇ ਮਾਇਆ ਦਾ ਹੰਕਾਰ ਆ ਗਿਆ, ਕਦੇ ਅਹੁਦਿਆਂ ਦਾ ਹੰਕਾਰ ਆ ਗਿਆ, ਕਦੇ ਰਿਸ਼ਤੇਦਾਰਾਂ ਦੀ ਫੌਜ ਦਾ ਇਹ ਹੰਕਾਰ ਆ ਗਿਆ। ਹੰਕਾਰ ਦੇ ਵਿੱਚ ਮਨੁੱਖ ਨੂੰ ਸੁੱਖਾਂ ਦੇ ਵਿੱਚ ਰਹਿੰਦਿਆਂ ਗਰੀਬ ਨੂੰ ਪਿਆਰ ਕਰਨਾ ਬੜਾ ਔਖਾ ਹੈ। ਸਾਡੇ ਗੁਰੂ ਸਾਹਿਬਾਨ ਸਾਨੂੰ ਸਮਝਾ ਗਏ, ਪਰ ਅੱਜ ਅਸੀਂ ਚੱਲ ਨਹੀਂ ਰਹੇ, ਜਾਤਾਂ ਪਾਤਾਂ ਦੇ ਵਿੱਚ ਉਵੇਂ ਉਲਝੇ ਹਾਂ। ਗੁਰੂ ਪਿਆਰੀ ਸਾਧ ਸੰਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਯਾਦ ਕਰ ਰਿਹਾ ਹੈ। ਭਾਈ ਲਾਲੋ ਪਾਤਸ਼ਾਹ ਮੈਨੂੰ ਦਰਸ਼ਨ ਦਿਓ, ਮੇਰੀ ਰੂਹ ਮੇਰੀ ਮਨ ਦੀ ਲੋਚਾ ਮੈਂ ਤੁਹਾਡੇ ਦਰਸ਼ਨ ਕਰਾਂ, ਮੇਰੀ ਕੁੱਲੀ ਦੇ ਵਿੱਚ ਵੀ ਨਿਵਾਸ ਕਰ ਜਾਓ, ਮੇਰੇ ਇਸ ਘਰ ਦੇ ਵਿੱਚ ਚਰਨ ਪਾ ਜਾਓ ਗਰੀਬ ਦੇ, ਮੇਰੀ ਰੂਹ ਨੂੰ ਮੇਰੀ ਆਤਮਾ ਨੂੰ ਸੁੱਖ ਮਿਲ ਜਾਏ ਤੁਹਾਡੇ ਨਾਲ ਕੁਝ ਗੱਲਾਂ ਕਰਕੇ। ਉਸ ਵੇਲੇ ਦਾ ਸੀਨ, ਤੁਹਾਡੇ ਚਰਨਾਂ ਵਿੱਚ ਮੇਰਾ ਕਵਿਸ਼ਰੀ ਜਥਾ, ਮੇਰੇ ਸਾਥੀ ਜੋਗਿੰਦਰ ਸਿੰਘ ਜੀ ਜਿਗਰੀ ਨਗਰ ਦਾਨਾ ਰਮਾਣਾ ਜ਼ਿਲ੍ਹਾ ਫਰੀਦਕੋਟ, ਜਗਜੀਤ ਸਿੰਘ ਜੀ ਜੌਹਰੀ ਨਗਰ ਦਾਨਾ ਰਮਾਣਾ ਜ਼ਿਲ੍ਹਾ ਫਰੀਦਕੋਟ, ਤੇ ਦਾਸਦਾ ਨਗਰ ਸਰਪੰਚ ਸੁਖਦੇਵ ਸਿੰਘ ਮਹਿਰ ਨਗਰ ਡੋੜ ਨੇੜੇ ਸਾਧਕ। ਗੁਰੂ ਪਿਆਰੀ ਸਾਧ ਸੰਗਤ, ਕਿਵੇਂ ਯਾਦ ਕੀਤਾ ਲਾਲੋ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ? ਲਾਲੋ ਦੇ ਮਨ ਦੀ ਭਾਵਨਾ ਤੁਹਾਡੇ ਚਰਨਾਂ ਵਿੱਚ ਕਵਿਤਾ ਦੇ ਰਾਹੀਂ ਉਹ ਦੱਸੀ ਜਾ ਰਹੀ ਸਰਵਣ ਕਰ। ਲਾਲੋ ਕਈਆਂ ਦਿਨਾਂ ਤੋਂ ਕਰੇ ਸਤਿਗੁਰੂ ਨੂੰ ਯਾਦ, ਕੁੱਲੀ ਦੇ ਵਿੱਚ ਪਹੁੰਚ ਜੋ ਮਨ ਮੇਰੀ ਫਰਿਆਦ, ਉੱਠੀਆਂ ਦਿਲ ਵਿੱਚ ਤਰੰਗਾ ਸਤਿਗੁਰ ਦੇ ਪਿਆਰ ਦੀਆਂ, ਦਿਲ ਦੇ ਵਿੱਚ ਆਈਆਂ ਯਾਦਾਂ ਨਾਨਕ ਅਵਤਾਰ ਦੀਆਂ, ਦਿਲ ਦੇ ਵਿੱਚ ਆਈਆਂ ਯਾਦਾਂ ਨਾਨਕ ਅਵਤਾਰ ਦੀਆਂ, ਤੁਹਾਡੇ ਬਿਨ ਸਤਿਗੁਰ ਮੇਰਾ ਚਿਹਰਾ ਉਦਾਸ ਜੀ, ਲਾਲੋ ਜੀ ਵਿੱਚ ਕੁੱਲੀ ਦੇ ਕਰਜੋ ਨਿਵਾਸ ਜੀ, ਲਾਲੋ ਜੀ ਵਿੱਚ ਕੁੱਲੀ ਦੇ ਉਹ ਭਟਕਦੇ ਰਹੇ ਆਤਮਾ, ਥੋਡੇ ਜੇ ਦਰਸ਼ਨ ਨੂੰ ਨੈਣਾ ਦੇ ਜੋਤ ਲੋਚਦੀ, ਚਰਨਾਂ ਦੇ ਪਰਸਣ ਨੂੰ ਆਪ ਬਿਨ ਫੇਰਾ ਵਰਾਗਾ, ਆਪ ਬਿਨ ਫੇਰਾ ਵਰਾਗਾ ਹੋਇਆ ਉਦਾਸ ਜੇ, ਲਾਲੋ ਦੇ ਕੁੱਲੇ ਦੇ ਵਿੱਚ ਕਰਜੋ ਨਿਵਾਸ ਜੇ, ਲਾਲੋ ਦੇ ਵਿੱਚ ਕੁੱਲੇ ਦੇ ਉੱਠੀਆਂ ਦਿਲ ਵਿੱਚ ਤਰੰਗਾ ਸਤਿਗੁਰ ਦੇ ਪਿਆਰ ਦੀਆਂ, ਦਿਲ ਦੇ ਵਿੱਚ ਆਈਆਂ ਯਾਦਾਂ ਨਾਨਕ ਅਵਤਾਰ ਦੀਆਂ, ਤੁਹਾਡੇ ਬਿਨ ਸਤਿਗੁਰ ਮੇਰਾ ਚਿਹਰਾ ਉਦਾਸ ਜੀ, ਲਾਲੋ ਜੀ ਵਿੱਚ ਕੁੱਲੀ ਦੇ ਕਰਜੋ ਪ੍ਰਕਾਸ਼ ਜੀ, ਲਾਲੋ ਜੀ ਵਿੱਚ ਕੁੱਲੀ ਦੇ ਭਟਕਦੀ ਰਹੇ ਆਤਮਾ, ਥੋਡੇ ਜੀ ਦਰਸ਼ਨ ਨੂੰ ਨੈਣਾ ਦੀ ਜੋਤ ਲੋਚਦੀ, ਚਰਨਾਂ ਦੇ ਪਰਸਣ ਨੂੰ ਆਪ ਬਿਨ ਫੇਰਾ ਵਰਾਗਾ, ਆਪ ਬਿਨ ਫੇਰਾ ਵਰਾਗਾ ਹੋਇਆ ਉਦਾਸ ਜੇ, ਲਾਲੋ ਦੇ ਕੁੱਲੇ ਦੇ ਵਿੱਚ ਕਰਜੋ ਨਿਵਾਸ ਜੇ, ਲਾਲੋ ਦੇ ਵਿੱਚ ਕੁੱਲੇ ਦੇ ਸਤਿਗੁਰ ਨੂੰ ਭਾਈ ਲਾਲੋ ਮੁਖ ਫਰਮਾਉਂਦਾ ਹੈ, ਮੇਰਾ ਦੇ ਅਸਾਈਆਂ ਮੇਰਾ ਚੇਤਾ ਨਾ ਆਉਂਦਾ ਹੈ, ਮੇਰਾ ਦੇ ਸਈਆਂ ਮੇਰਾ ਚੇਤਾ ਨਾ ਆਉਂਦਾ ਹੈ, ਮੇਰਾ ਕਿਉਂ ਦੂਰ ਸਮਝਦੇ
ਤੁਸੀਂ ਨਿਵਾਸ ਜੀ ਲਾਲ ਜੀ ਵਿੱਚ ਕੁਲੀ ਦੇ ਕਰ ਜੋ ਨਿਵਾਸ ਜੀ ਲਾਲ ਜੀ ਵਿੱਚ ਕੁਲੀ ਦੇ ਵੇਖੇ ਆ ਪ੍ਰੇਮ ਪੀਲਣੀ ਭੱਜੇ ਤੁਸੀਂ ਆਏ ਸੇ ਬੇਰਾਂ ਦੇ ਭੋਗ ਮਾਲਕੋ ਆਪਣੇ ਲਾਏ ਸੇ ਲੋੜਾ ਸੇ ਸਾਗ ਬਿਦਰਦਾ ਲੋਣਾ ਸੇ ਸਾਗ ਬਿਦਰਦਾ ਪਾਗੇ ਗਰਾਸ ਜੇ ਲਾਲੋ ਦੇ ਵਿੱਚ ਕੁਲ ਦੇ ਕਰ ਜੋ ਨਿਵਾਸ ਜੇ ਲਾਲੋ ਦੇ ਵਿੱਚ ਕੁਲ ਦੇ ਆ ਕੇ ਪਰਸ਼ਦਾ ਮੇਰੇ ਘਰ ਵਿੱਚ ਛਕ ਜਾਵੋ ਜੀ ਦਿਲ ਦੀ ਤਮੰਨਾ ਮੇਰੀ ਪੂਰੀ ਕਰਵਾਵੋ ਜੀ ਦਿਲ ਦੀ ਤਮੰਨਾ ਮੇਰੀ ਪੂਰੀ ਕਰਵਾਵੋ ਜੀ ਦੂਰ ਦੀ ਮਾਲਕ ਮੇਰੇ ਨੇੜੇ ਕੁਰਫਾਸ ਜੀ ਲਾਲ ਜੀ ਵਿੱਚ ਕੁਲੀ ਦੇ ਕਰ ਜੋ ਨਿਵਾਸ ਜੀ ਲਾਲ ਜੀ ਵਿੱਚ ਕੁਲੀ ਦੇ ਦੋਵੇਂ ਹੱਥ ਜੋੜ ਬੰਦਣਾ ਸੱਚੇ ਸਰਕਾਰ ਨੂੰ ਮੇਰ ਮਾ ਤਰਸੇ ਜਗਰੀ ਤੇਰੇ ਦਦਾਰ ਨੂੰ ਸੇਵਕ ਦੇ ਪੂਰੇ ਕਰਨੇ ਸੇਵਕ ਦੇ ਪੂਰੇ ਕਰਨੇ ਕੀਤੀ ਅਰਦਾਸ ਜੇ ਲਾਲੋ ਦੇ ਵਿੱਚ ਕੁਲ ਦੇ ਕਰ ਜੋ ਨਿਵਾਸ ਜੇ ਲਾਲੋ ਦੇ ਵਿੱਚ ਕੁਲ ਦੇ ਇੰਨੀਆਂ ਬੇਨਤੀਆਂ ਕਰਦੇ ਖਿਮਾ ਦੇ ਜਾਚਕਾਂ ਦਾਨੀ ਸੱਜਣਾ ਦਾ ਧੰਨਵਾਦ। ਅਗਲੀ ਕਾਰਵਾਈ ਸਿਆਣੇ ਸਟੇਜ ਸਕੱਤਰ ਸਾਹਿਬ ਤੋਂ ਸਰਵਣ ਕਰੋ, ਸਾਨੂੰ ਬੈਠਣ ਦੀ ਆਗਿਆ ਦਿਓ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਦਿਓ, ਸੰਗਤ ਬਖਸ਼ਣਹਾਰ ਹੈ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।